ਐਂਡ ਰਾਈਟ ਨਾਓ ਜੀ ਸੰਦੀਪ ਕੌਰ ਮੇਰੇ ਨਾਲ ਇਸ ਵੇਲੇ ਤੇ ਇਹਨਾਂ ਦਾ ਵੀ ਵੀਜ਼ਾ ਆ ਗਿਆ ਫਾਈਨਲੀ ਕੈਨੇਡਾ ਦਾ ਸੈਪਟੈਂਬਰ ਇਨਟੇਕ ਹਾਂਜੀ ਮੈਮ ਬਹੁਤ ਬਹੁਤ ਮੁਬਾਰਕਾਂ ਜੀ ਥੈਂਕ ਯੂ ਮੈਮ ਸੋ ਕਿੱਦਾਂ ਲੱਗ ਰਿਹਾ ਵੈਰੀ ਵੈਲ ਮੈਮ ਐਕਸਾਈਟਡ ਯੈਸ ਮੈਮ ਆਫ ਕੋਰਸ ਤਿਆਰੀ ਹੈ ਜਾਣ ਦੀ ਹਾਂਜੀ ਪਤਾ ਕਦੋਂ ਲੱਗਿਆ ਸੀ ਵੀਜ਼ਾ ਦਾ ਬਾਰੇ ਮੈਮ ਫੈਬਰੀ ਦੇ ਵਿੱਚ ਆ ਗਿਆ ਸੀ ਅੱਛਾ ਫੈਬਰੀ ਦੇ ਵਿੱਚ ਹੀ ਆ ਗਿਆ ਸੀਗਾ ਇਹ ਸੈਪਟੈਂਬਰ ਇਨਟੇਕ ਦਾ ਹਾਂਜੀ ਤੇ ਅਪਲਾਈ ਕਦੋਂ ਕੀਤਾ ਸੀਗਾ ਮੈਮ ਜਨਵਰੀ ਚ ਅਪਲਾਈ ਕੀਤਾ ਸੀਗਾ ਵਿਦ ਇਨ 24 ਡੇਸ ਮੇਰਾ ਵੀਜ਼ਾ ਆ ਗਿਆ ਸੀ ਅੱਛਾ ਸੋਚਿਆ ਸੀ ਵੀ ਇੰਨੀ ਜਲਦੀ ਵੀਜ਼ਾ ਆ ਜਾਊਗਾ ਨਹੀਂ ਮੈਮ ਇਹਦੇ ਤਾਂ ਅੱਜ ਕੱਲ ਮਹੀਨਾ ਦੋ ਦੋ ਮਹੀਨੇ ਦਾ ਹੈ ਨਾ ਆਫਰ ਲੈਟਰ ਹੀ ਲੱਗ ਜਾਂਦੇ ਨੇ ਹਾਂਜੀ ਮੈਮ ਅੱਛਾ ਕੀਤਾ ਕੀ ਹੋਇਆ ਤੁਸੀਂ ਸੰਦੀਪ ਮੈਂ 2015 ਪਾਸ ਆਊਟ ਆ ਓਕੇ ਸੀਨੀਅਰ ਕੈਂਡੀਡੇਟਸ ਤੋਂ ਵੱਲ ਮੈਂ ਲਗਾਇਆ ਸੀਗਾ ਤੇ ਮੈਂ ਮੇਰਾ ਗੈਪ ਸੀਗਾ 2 ਇਅਰਸ ਦਾ ਅੱਛਾ ਬਟ ਫਿਰ ਵੀ ਮੇਰਾ ਵੀਜ਼ਾ ਆ ਗਿਆ ਅੱਛਾ ਹਾਂਜੀ ਚਲੋ ਖੁਸ਼ਕਿਸਮਤ ਹੋ ਜੀ ਹਾਂਜੀ ਤੇ ਬੜੀ ਮਿਹਨਤ ਤੁਸੀਂ ਕੀਤੀ ਆ ਐਂਡ ਫਿਲਹਾਲ ਕਿੱਥੋਂ ਦੇ ਰਹਿਣ ਵਾਲੇ ਲੁਧਿਆਣੇ ਮੈਮ ਲੁਧਿਆਣੇ ਲੁਧਿਆਣੇ ਆਫਿਸ ਗਏ ਸੀਗੇ ਨਹੀਂ ਮੈਂ ਡਾਇਰੈਕਟਲੀ ਇੱਥੇ ਚੰਡੀਗੜ੍ਹ ਅਪਲਾਈ ਕੀਤਾ ਸੀ ਚੰਡੀਗੜ੍ਹ ਤੋਂ ਹੀ ਅਪਲਾਈ ਕੀਤਾ ਹਾਂ ਲੁਧਿਆਣੇ ਨਹੀਂ ਗਏ ਨਹੀਂ ਮੈਮ ਉੱਥੇ ਵਧੀਆ ਨਹੀਂ ਲੱਗਿਆ ਨਹੀਂ ਮੈਮ ਇੱਥੇ ਫਿਰ ਉੱਥੇ ਵੀ ਹੈਡ ਆਫਿਸ ਆਉਂਦੇ ਸੀਗੇ ਅਸੀਂ ਅੱਛਾ ਤੁਹਾਡੇ ਨਾਲ ਟੀਵੀ ਤੇ ਦੇਖੀ ਜਾਈ ਤੁਹਾਡਾ ਅੱਛਾ ਜੀ ਜੀ ਬਹੁਤ ਆਉਂਦੇ ਨੇ ਤੁਹਾਡੇ ਹਾਂਜੀ ਹਾਂਜੀ ਚਲੋ ਖੈਰ ਵੀਜ਼ੇ ਬੱਚਿਆਂ ਦੇ ਆਉਂਦੇ ਰਹਿੰਦੇ ਨੇ ਜੀ ਲੈਂਡਮਾਰਕ ਇਮੀਗ੍ਰੇਸ਼ਨ ਕਿਉਂਕਿ ਆਪਣੀਆਂ ਸਰਵਿਸਿਜ਼ ਦੇ ਕਰਕੇ ਤਾਂ ਇੱਕ ਜੈਨੂਇਨ ਇਨਫੋਰਮੇਸ਼ਨ ਜਿਹੜੀ ਹੈ ਜੀ ਉਹ ਡੈਫੀਨੇਟਲੀ ਪ੍ਰੋਵਾਈਡ ਕਰਦੇ ਨੇ ਟਾਈਮ ਟੂ ਟਾਈਮ ਤੇ ਇਹੀ ਕਾਰਨ ਹੈ ਕਿ ਅਸੀਂ ਸਾਡੇ ਸਟੂਡੈਂਟਸ ਦੇ ਵਾਸਤੇ ਦਰਸ਼ਕਾਂ ਦੇ ਵਾਸਤੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ ਤਾਂ ਕਿ ਘਰ ਬੈਠੇ ਬਿਠਾਏ ਇਸ ਚੀਜ਼ ਦਾ ਫਾਇਦਾ ਜਿਹੜਾ ਨਾ ਕਿਤੇ ਅਸੀਂ ਟਾਈਮ ਵੇਸਟ ਕਰੀਏ ਕਦੇ ਕਿਸੇ ਕੋਲੇ ਜਾ ਰਹੇ ਕਦੇ ਕਿਸੇ ਕੋਲੇ ਜਾ ਰਹੇ ਹਾਂਜੀ ਹਾਂਜੀ ਤੇ ਅੱਛਾ ਹੁਣ ਨੈਕਸਟ ਕਿਹੜਾ ਕਾਲਜ ਹੈ ਤੇ ਕਿਹੜਾ ਕੋਰਸ ਨਾਇਗਰਾ ਕਾਲਜ ਆ ਤੇ ਗ੍ਰੀਨ ਹਾਊਸ ਟੈਕਨੀਸ਼ੀਅਨ ਮੇਰਾ ਕੋਰਸ ਆ ਕਿੰਨੇ ਸਾਲ ਦਾ ਸਟੱਡੀ 2 ਇਅਰਸ ਮੈਮ 2 ਸਾਲ ਡਿਪਲੋਮਾ ਲਿੱਤਾ ਹਾਂਜੀ ਮੈਮ ਤੇ ਯੂਨੀਵਰਸਿਟੀ ਨਹੀਂ ਤੁਸੀਂ ਟਰਾਈ ਕੀਤੀ ਨਹੀਂ ਮੈਮ ਮੈਨੂੰ ਇਹ ਕਾਲਜ ਪ੍ਰੈਫਰ ਕੀਤਾ ਸੀਗਾ ਅੱਛਾ ਅੱਛਾ ਖੈਰ ਕਾਉਂਸਲਿੰਗ ਦਾ ਹੋਣਾ ਬਹੁਤ ਜ਼ਰੂਰੀ ਆ ਤਾਂ ਕਿ ਅਸੀਂ ਵੀਜ਼ਾ ਵੀ ਦੇਖਣਾ ਵੀ ਵੀਜ਼ਾ ਆ ਜੇ ਹਨਾ ਹਾਈ ਸਕੋਰ ਕਿੰਨਾ ਤੁਹਾਡਾ 6.1 ਨਾਟ ਲੈਸ ਦੈਨ 5.5 ਓਕੇ ਤਾਂ ਕਿਤੇ ਡਾਊਟ ਤਾਂ ਨਹੀਂ ਸੀਗਾ ਵੀ ਹਾਂ ਜਿਹਦਾ ਰੂਲਸ ਅੱਜ ਕੱਲ ਥੋੜੇ ਜਿਹਾ ਚੇਂਜ ਨਹੀਂ ਮੈਂ ਪਹਿਲਾਂ ਹੀ ਪਲੈਨਿੰਗ ਕੀਤੀ ਹੋਈ ਸੀ ਅੱਛਾ 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 ਠੀਕ ਹੈ ਚਲੋ ਬਹੁਤ ਵਧੀਆ ਲੱਗਿਆ ਸੀ ਤੇ ਮੈਸੇਜ ਤੁਹਾਡੇ ਵੱਲੋਂ ਜੀ ਕੀ ਰਹੇਗਾ ਸਾਡੇ ਦਰਸ਼ਕਾਂ ਨੂੰ ਥੈਂਕ ਯੂ ਜੀ ਥੈਂਕ ਯੂ ਚਲੋ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ